ਕੀ ਹਾਲ ਚਾਲ ਨੇ ਜੀ ਸਾਰੇ ਵੀਰਾਂ ਅਤੇ ਭੈਣਾਂ ਦੇ ਅੱਜ ਦਾ ਟੌਪਿਕ ਬਹੁਤ ਇੰਪੋਰਟੈਂਟ ਹੈ ਤੇ ਇਸ ਟੌਪਿਕ ਦੇ ਵਿੱਚ ਬਹੁਤ ਵੀਰਾਂ ਅਤੇ ਭੈਣਾਂ ਦੀ ਗਲਤੀ ਹੁੰਦੀ ਹੈ ਲਗਭਗ ਬਹੁਤ ਹੀ ਜ਼ਿਆਦਾ ਉਸ ਚੀਜ਼ ਨੂੰ ਅੱਜ ਤੁਹਾਨੂੰ ਸੌਖੇ ਤਰੀਕੇ ਦੇ ਨਾਲ ਸਮਝਾਇਆ ਜਾਵੇਗਾ ਪਰ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਨਵੀਂ ਇਟਾਲੀਅਨ ਲੈਂਗੁਏਜ ਕਲਾਸ ਸ਼ੁਰੂ ਹੋਣ ਚੱਲੀ ਹੈ 11 ਮਾਰਚ ਤੋਂ ਜਿਸ ਦਾ ਸਮਾਂ ਹੋਵੇਗਾ ਸ਼ਾਮ 8:00 ਵਜੇ ਦਾ ਵਧੇਰੇ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ WhatsApp ਨੰਬਰ ਹੈ 3396610900 ਅੱਜ ਅਸੀਂ ਜਿਹੜੀ ਵਰਬ ਸਮਝਾਂਗੇ ਉਹ ਹੈ ਸਵੇਲੀਆਰੇ ਜੋ ਵਰਬ ਵਰਤੀ ਜਾਂਦੀ ਹੈ ਜਗਾਉਣ ਲਈ ਉਸ ਨਾਲ ਸੰਬੰਧਤ ਉਸੇ ਵਰਬ ਦਾ ਇੱਕ ਫੋਰਮਾ ਰਿਫਲੈਕਸਿਵਾ ਵਾ ਜਿਸ ਨੂੰ ਕਹਿੰਦੇ ਆ ਸਵੇਲੀਆਰ ਸੀ ਜੋ ਵਰਤੀ ਜਾਂਦੀ ਹੈ ਜਾਗਣ ਲਈ ਪਹਿਲੀ ਜਿਹੜੀ ਹੈਗੀ ਆ ਸਵੇਲੀਆਰ ਉਸ ਉੱਪਰ ਤੁਸੀਂ ਕਿਸੇ ਤੀਸਰੀ ਚੀਜ਼ ਉੱਪਰ ਐਕਸ਼ਨ ਕਰਦੇ ਪਏ ਹੋ ਉਹ ਜਿਹੜੀ ਵਰਬ ਹੈਗੀ ਆ ਸਿੰਪਲ ਜਿਹੜੀ ਵਰਬ ਹੈਗੀ ਆ ਵਾਲੀ ਇਸ ਉੱਪਰ ਤੁਸੀਂ ਐਕਸ਼ਨ ਕਰਦੇ ਪਏ ਹੋ ਕਿਸੇ ਤੀਸਰੀ ਚੀਜ਼ ਉੱਪਰ ਜਾਂ ਕਿਸੇ ਦੂਸਰੀ ਚੀਜ਼ ਉੱਪਰ ਤੇ ਜਿਹੜੀ ਹੈਗੀ ਆ ਵੈਲੀ ਆਰ ਸੀ ਉਸ ਉੱਪਰ ਜਿਹੜਾ ਤੁਸੀਂ ਕੰਮ ਕਰਦੇ ਪਏ ਹੋ ਉਹ ਤੁਹਾਡੇ ਉੱਪਰ ਹੁੰਦਾ ਪਿਆ ਹੈ ਜਿਵੇਂ ਸਮਝਦੇ ਹਾਂ ਵਰਬ ਵੀ ਦੇ ਅਕੋਰਡਿੰਗ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਲੱਗੇਗੀ ਪਹਿਲਾਂ ਸਿੰਪਲ ਵਰਬ ਨੂੰ ਕਰਦੇ ਹਾਂ ਵੈਲੀ ਆਰ ਹੈ ਜਗਾਉਣ ਲਈ ਹੁਣ ਇੱਥੇ ਮੈਂ ਜਗਾਉਂਦਾ ਪਿਆ ਮੈਂ ਆਪਣੇ ਬੇਟੇ ਨੂੰ ਜਗਾਉਂਦਾ ਹਾਂ ਹਨਾ ਇੱਥੇ ਮੈਂ ਐਕਸ਼ਨ ਕਿਸੇ ਤੇ ਕਰਦਾ ਪਿਆ ਵਾ ਈਓ ਵੈਲੀਓ ਮੈਂ ਜਗਾਉਂਦਾ ਹਾਂ ਜਾਂ ਮੈਂ ਜਗਾਉਂਦੀ ਹਾਂ ਤੂੰ ਸਵੇਲੀ ਤੂੰ ਜਗਾਉਂਦਾ ਹੈ ਜਾਂ ਤੂੰ ਜਗਾਉਂਦੀ ਹੈ ਲੁਈ ਸਵੇਲਿਆ ਉਹ ਜਗਾਉਂਦਾ ਹੈ ਲਈ ਸਵੇਲਿਆ ਉਹ ਜਗਾਉਂਦੀ ਹੈ ਨੋਈ ਸਵੇਲਿਆ ਮੂ ਅਸੀਂ ਜਗਾਉਂਦੇ ਹਾਂ ਵੋਈ ਸਵੇਲਿਆ ਤੇ ਤੁਸੀਂ ਜਗਾਉਂਦੇ ਹੋ ਲੋਰੋ ਸਵੇਲਿਆ ਨੂੰ ਉਹ ਜਗਾਉਂਦੇ ਹਨ ਦੂਸਰੀ ਉਸ ਵਰਬ ਦਾ ਹੀ ਹਿੱਸਾ ਫਾਰਮਾ ਰਿਫਲੈਕਸਿਵਾ ਉਸ ਨੂੰ ਸਮਝਦੇ ਹਾਂ ਵੇਲੀਆਸੀ ਈਓ ਮਿਸਵੇਲਿਓ ਮੈਂ ਜਾਗਦਾ ਹਾਂ ਜਾਂ ਮੈਂ ਜਾਗਦੀ ਹਾਂ ਤੂ ਤਿਜ਼ਵੇਲੀ ਤੂੰ ਜਾਗਦਾ ਹੈ ਜਾਂ ਤੂੰ ਜਾਗਦੀ ਹੈ ਲੂਈ ਸੀਸਵੇਲਿਆ ਉਹ ਜਾਗਦਾ ਹੈ ਲੇਈ ਸੀਸਵੇਲਿਆ ਉਹ ਜਾਗਦੀ ਹੈ ਨੋਈ ਚੀਸਵੇਲੀਆ ਮੋ ਅਸੀਂ ਜਾਗਦੇ ਹਾਂ ਵੋਈ ਵਿਸ ਵੇਲੀ ਆਤੇ ਤੁਸੀਂ ਜਾਗਦੇ ਹੋ ਲੋਰੋ ਸੀਸ ਵੇਲੀ ਆਨ ਉਹ ਜਾਗਦੇ ਹਨ ਤੁਸੀਂ ਦੇਖਿਆ ਕਿ ਅਗਰ ਇਸ ਵਰਬ ਨੂੰ ਦੇਖੋ ਇਹਨੂੰ ਦੇਖੋ ਸਿੰਪਲ ਹੈ ਕੋਈ ਚੇਂਜ ਨਹੀਂ ਆ ਉਹ ਇ ਆ ਯਾਮੋ ਆਤੇ ਆਨ ਸੇ ਮੁੱਦਾ ਹੀ ਆ ਕੋਈ ਚੇਂਜ ਨਹੀਂ ਹੈਗਾ ਸਿਰਫ ਇਹਦੇ ਵਿੱਚ ਮੀ ਤੀ ਸੀ ਜੀ ਵੀ ਸੀ ਲੱਗੇ ਤਾਂ ਕਰਕੇ ਇਸ ਵਿੱਚ ਬਤਲਾਵਾ ਗਿਆ ਤੇ ਆ ਜਿਹੜੇ ਮੀ ਤੀ ਸੀ ਜੀ ਵੀ ਸੀ ਆ ਇਹਨਾਂ ਨੂੰ ਕਹਿੰਦੇ ਆ ਈ ਪ੍ਰੋਨੋਮੀ ਰਿਫਲੈਕਸਿਵੀ ਕਿ ਜੋ ਸੋਖੀ ਪੰਜਾਬੀ ਵਿੱਚ ਸਮਝਦੇ ਆ ਜਿਹੜੀ ਤੁਸੀਂ ਜਿਹੜੀ ਕਿਰਿਆ ਕਰਦੇ ਪਿਓ ਉਸ ਕਿਰਿਆ ਨੂੰ ਜਿਹੜੀ ਜਿਹੜੀ ਤੁਹਾਡੇ ਦੁਆਰਾ ਕੀਤੀ ਜਾਂਦੀ ਉਹ ਤੁਹਾਡੇ ਉੱਪਰ ਹੁੰਦੀ ਪਈ ਹੈ ਉਸ ਚੀਜ਼ ਨੂੰ ਦੱਸਣ ਦੇ ਲਈ ਇਹ ਪ੍ਰੋਨੋਮੀ ਵਰਤਨੇ ਜ਼ਰੂਰੀ ਨੇ ਕਿਉਂਕਿ ਅਗਰ ਤੁਸੀਂ ਸਿੰਪਲ ਪ੍ਰੋਨੋਮੀ ਦੇ ਨਾਲ ਬਣਾਉਂਦੇ ਹੋ ਇਹਨਾਂ ਦੀ ਵਰਤੋਂ ਨਹੀਂ ਕਰਦੇ ਜਿਵੇਂ ਕਿ ਦੇਖੋ ਸੇਮ ਆ ਪਰ ਉਹਦੇ ਤੇ ਐਕਸ਼ਨ ਤੁਸੀਂ ਕਿਸੇ ਤੀਸਰੀ ਚੀਜ਼ ਉੱਪਰ ਕਰਦੇ ਹੋ ਹੁਣ ਜਿਵੇਂ ਸੈਂਟੈਂਸਸ ਨਾਲ ਸਮਝਦੇ ਆ ਤੁਹਾਨੂੰ ਬਹੁਤ ਵਧੀਆ ਪਤਾ ਲੱਗੇਗਾ ਪਹਿਲਾ ਸੈਂਟੈਂਸ ਹੈ ਤੂਤੀ ਇਜੋਰਨੀ ਸਾਰੇ ਦਿਨ ਮਿਸਵੇਲਿਓ ਮੈਂ ਜਾਗਦਾ ਹਾਂ ਅਲਿਓ ਤੋ 8 ਵਜੇ ਬੜੇ ਆ ਜਦੋਂ ਮੈਂ ਮੇਰੇ ਕੋ ਸਟੂਡੈਂਟ ਐਡਮਿਸ਼ਨ ਲੈਂਦੇ ਮੈਂ ਕਈ ਵਾਰ ਇਹੀ ਚੀਜ਼ ਪੁੱਛਦਾ ਹਾਂ ਜਿਹੜੇ ਕਹਿੰਦੇ ਕਿ ਐਸਾ ਅਸੀਂ ਥੋੜੀ ਪੜ੍ਹਾਈ ਕੀਤੀ ਆ ਤੇ ਉਹ ਮੀਜ਼ ਵੈਲੀਓ ਦੀ ਜਗ੍ਹਾ ਤੇ ਕਹਿੰਦੇ ਈ ਉਸ ਵੈਲੀਓ ਈ ਉਸ ਵੈਲੀਓ ਦਾ ਮਤਲਬ ਹੋ ਗਿਆ ਕਿ ਮੈਂ ਜਗਾਉਂਦਾ ਹਾਂ ਫਿਰ ਗਲਤ ਹੋ ਗਿਆ ਨਾ ਸੈਂਟੈਂਸ ਦੂਸਰਾ ਈਓ ਵੈਲੀਓ ਮਿਓਫੀਲਿਓ ਮੈਂ ਮੇਰੇ ਬੇਟੇ ਨੂੰ ਜਗਾਉਂਦਾ ਹਾਂ ਅਲੇ 9 ਵੇ 9 ਵਜੇ ਸੋ ਦੇਖੋ ਮੀ ਲਾਇਆ ਤੇ ਐਕਸ਼ਨ ਆਪਣੇ ਆਪ ਤੇ ਹੋਇਆ ਤੇ ਈਓ ਦੇ ਨਾਲ ਕੀਤਾ ਤੇ ਐਕਸ਼ਨ ਕਿਸੇ ਚੀਜ਼ ਉੱਪਰ ਕੀਤਾ ਸਿੰਪਲ ਜੀ ਗੱਲ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈਗੀ ਆ ਪਿਰਕੇ ਕਿਉਂ ਨੋਨ ਵਿਸਵੇਲੀਆ ਤੇ ਪ੍ਰੈਸ ਤੋਂ ਤੁਸੀਂ ਕਿਉਂ ਜਲਦੀ ਨਹੀਂ ਜਾਗਦੇ ਹੋ ਦੋਮਾਨੀ ਕਲ ਵਿਸਵੇਲਿਓ ਮੈਂ ਤੁਹਾਨੂੰ ਉਠਾਵਾਂਗਾ ਅਲੇਸੈ ਸ਼ੀ ਬਚੇ ਲੋਰੋ ਸਿਸਵੇਲੀਆਨੋ ਉਹ ਉੱਠਦੇ ਹਨ ਧਾਰਤੀ ਲੇਟ ਉਹ ਉੱਠਦੇ ਹਨ ਜਾਂ ਉਹ ਜਾਗਦੇ ਹਨ ਸੇਮ ਉਸੇ ਸੈਂਸ ਵਿੱਚ ਕਿਉਂਕਿ ਯੂਜ਼ ਹੋ ਜਾਂਦਾ ਹੈ ਮੈਂ ਪਹਿਲਾਂ ਉੱਠਦਾ ਕਹਿ ਦਿੱਤਾ ਪਰ ਉਹਦੇ ਲਈ ਵੈਲਪਲ ਸਾਰੇ ਯੂਜ਼ ਹੋਣੀਆਂ ਅਗਰ ਤੁਸੀਂ ਪਰਫੈਕਟ ਤਰੀਕੇ ਨਾਲ ਜਾਓਗੇ ਠੀਕ ਹੈ ਆਦੋਮੇਨਿਕਾ ਐਤਵਾਰ ਨੂੰ ਉਮੀਦ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸਮਝ ਲੱਗੀ ਹੋਵੇਗੀ ਧੰਨਵਾਦ